ਅੰਮ੍ਰਿਤਸਰ ਦੇ ਨਵ ਨਿਯੁਕਤ DC ਸਾਕਸ਼ੀ ਸਾਨੀ ਅੱਜ ਗੋਲਡਨ ਟੈਂਪਲ ਨੇ ਮੈਮ ਅੱਜ ਗੋਲਡਨ ਟੈਂਪਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹੀ ਕਾਰਨ ਹੈ ਕਿ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ CM ਦੀ ਯੋਗਸ਼ਾਲਾ ਜਨ ਮੁਹਿੰਮ ਬਣ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ, ਜਿਸ ਦੇ ਵਿੱਚ ਰੋਜ਼ਾਨਾ 80,000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ, ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ, ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੋਂ ਹੋਊਗਾ ਕੋਈ ਨਾ ਕੋਈ, ਔਰ ਅਸੀਂ ਫ੍ਰੀ ਦੇ ਵਿੱਚ ਉਹ ਭੇਜਾਂਗੇ, ਅਤੇ ਤੁਸੀਂ 1-2 ਮਹੀਨੇ 'ਚ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰਾ ਨਾਮ ਕਮਲਜੀਤ ਸਿੰਘ ਹੈ। ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ CM ਦੀ ਯੋਗਸ਼ਾਲਾ ਸ਼ੁਰੂ ਕੀਤੀ ਹੈ, ਜਿਹਦੇ ਨਾਲ ਅਸੀਂ ਮਨ ਤਨ ਸਾਰਾ ਸਵਸਥ ਰਹਿੰਦਾ। ਅਜਿਹੇ 'ਚ ਮੁਫ਼ਤ CM ਦੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਿਤ ਹੋ ਰਹੀ ਹੈ। ਤੁਸੀਂ ਨਿਰੀਖਣ ਕੀਤਾ ਹੈ, ਕੁਝ ਵੇਖਿਆ ਹੈ, ਇੱਥੋਂ ਦੀ ਸਫਾਈ ਵਿਵਸਥਾ ਦੇਖੀ? ਐਕਚੁਅਲੀ ਨਾ ਅਸੀਂ ਫੈਸਟੀਵਲ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਸੈਲਾਨੀਆਂ ਦੀ ਜਿਹੜੀ ਫੈਸਿਲਿਟੀ ਸੁਵਿਧਾਵਾਂ ਹੈਗੀਆਂ, ਸਾਡੇ ਕੋਲ ਜਿਹੜਾ ਪ੍ਰੋਜੈਕਟ ਹੈ ਗਲਿਆਰਾ ਦਾ, ਉਹਦਾ ਅਸੀਂ ਅੱਜ ਰਿਵਿਊ ਕਰਨ ਆਏ ਸੀਗੇ। ਪਲੱਸ ਮਲਟੀ ਏਜੰਸੀ ਇੱਥੇ ਜਿੱਦਾਂ ਡਿਪਾਰਟਮੈਂਟ ਆਫ ਟੂਰਿਜ਼ਮ ਵੀ ਕੰਮ ਕਰ ਰਿਹਾ ਹੈ, ADA ਵੀ ਕੰਮ ਕਰ ਰਹੀ ਹੈ, ਨਾਲ ਕਾਰਪੋਰੇਸ਼ਨ ਵੀ ਕੰਮ ਕਰ ਰਹੀ ਹੈ, ਉਹਨਾਂ ਦੇ ਵਿਚਕਾਰ ਕੋਈ ਵੀ ਇੱਦਾਂ ਦੇ ਪੁਆਇੰਟਸ ਆਫ ਕੌਨਫਲਿਕਟ ਨਾ ਹੋਣ, ਹਰੇਕ ਏਜੰਸੀ ਆਪਣਾ ਦਿੱਤਾ ਹੋਇਆ ਕੰਮ ਸਮੇਂ ਸਿਰ ਖਤਮ ਕਰੇ, ਅਤੇ ਗੋਲਡਨ ਟੈਂਪਲ 'ਚ ਆਉਣ ਵਾਲੇ ਮੱਥਾ ਟੇਕਣ ਵਾਲੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਸ਼੍ਰੀ ਦਰਬਾਰ ਸਾਹਿਬ ਦੀ ਜੋ ਆਊਟਰ ਪੈਰੀਫੇਰੀ ਹੈ ਉਹ ਬੇਸਿਕਲੀ ਐਡਮਿਨਿਸਟ੍ਰੇਸ਼ਨ ਕੋਲ ਹੈਗੀ ਹੈ, ਉਹਦੀ ਮੇਨਟੇਨੈਂਸ, ਕਲੈਂਡਲੀਨੈਸ, ਪਬਲਿਕ ਵਾਸ਼ਰੂਮਸ, ਲਾਈਟਾਂ, ਇਹ ਚੀਜ਼ਾਂ ਚੈੱਕ ਕੀਤੀਆਂ ਗਈਆਂ ਸੋ ਦੈਟ ਕਿਸੇ ਨੂੰ ਕੋਈ ਤਕਲੀਫ ਨਾ ਆਵੇ। ਐਂਡ ਅਸੀਂ ਅੱਜ ਕੁਝ ਫੈਸਲੇ ਵੀ ਲਿੱਤੇ ਹਾਂ, ਜਿੱਦਾਂ ਅਸੀਂ ਇੱਕ ਟੈਂਡਰ ਫਲੋਟ ਕਰਨ ਜਾ ਰਹੇ ਹੈਗੇ ਹਾਂ ਸ਼ੋਰਟਲੀ, ਉਹਦੀ ਮੇਨਟੇਨੈਂਸ ਅਤੇ ਜਿਹੜੀ ਗ੍ਰੀਨ ਬੈਲਟ ਹੈਗੀ ਹੈ ਗਲਿਆਰਾ ਦੀ ਉਹਦੇ ਲਈ, ਸੋ ਇਹ ਚੀਜ਼ਾਂ ਅੱਜ ਅਸੀਂ ਰਿਵਿਊ ਕੀਤੀਆਂ ਇੱਥੇ। ਨਵੇਂ ਹੋ ਜੀ ਤੁਸੀਂ ਇੱਥੇ ਆਏ ਹੋ, ਪਹਿਲੀ ਵਾਰ ਆਏ ਹੋ, ਮਗਰ ਇੱਥੋਂ ਦਾ ਜਿਹੜਾ ਏਰੀਆ ਹੈਗਾ ਗੰਦਗੀ ਕਰਕੇ ਗਿਣਿਆ ਜਾਂਦਾ ਹੈ, ਪਾਰਕ ਬੜੇ ਪਾਰਕ ਬਿਲਕੁਲ ਨਿਦਾਰ ਹੋ ਚੁੱਕੇ, ਕੰਮ ਉਹਦੇ ਤੋਂ ਕੋਈ ਨਿਕਲਿਆ ਨਹੀਂ। ਸੋ ਦੈਟ ਇਜ਼ ਵਾਈ ਅਸੀਂ ਐਕਚੁਅਲੀ, ਮੈਂ ਅੱਜ ਇੱਥੇ ਹੀ ਮੀਟਿੰਗ ਔਨ ਦਾ ਸਪੋਟ ਹੀ ਕਾਲ ਕੀਤੀ ਸੀਗੀ, ਸੋ ਦੈਟ ਅੱਖੋ ਦੇਖਾ ਹਾਲ ਆਲਵੇਜ਼ ਬੈਟਰ ਹੁੰਦਾ ਹੈ, ਸੋ ਉਹਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਕੀ ਉੱਥੇ ਤਕਲੀਫਾਂ ਆ ਰਹੀਆਂ ਨੇ, ਭਾਵੇਂ ਸੀਵਰੇਜ ਦੀ ਲਾਈਨ ਨੂੰ ਲੈ ਕੇ ਹੋਵੇ ਜਾਂ ਜਿਹੜੀ ਗੰਦਗੀ ਹੈਗੀ ਹੈ ਪਲਾਸਟਿਕ ਉਹ ਮਿਕਸ ਹੋ ਰਿਹਾ ਹੈ, ਤਾਂ ਉਹ ਚੀਜ਼ਾਂ ਹੁਣ ਤੁਹਾਨੂੰ ਦਿਖ ਜਾਏਗਾ ਕਿ ਉਹਦੇ ਵਿੱਚ ਅਸੀਂ ਅੱਜ ਡਾਇਰੈਕਸ਼ਨਸ ਵੀ ਪਾਸ ਕੀਤੀਆਂ ਹੈਗੀਆਂ, ਅੱਜ ਨਵੀਂ ਕਮਿਸ਼ਨਰ ਕਾਰਪੋਰੇਸ਼ਨ ਨੇ ਹੋਪਫੁਲੀ ਜੁਆਇਨ ਵੀ ਕਰ ਲੈਣਾ ਹੈਗਾ, ਸੋ ਸ਼ੋਰਟਲੀ ਆਲ ਦੀਸ ਪ੍ਰੋਬਲਮਸ ਇਹ ਜਿਹੜੇ ਨੇ। ਖਾਸ ਕਰਕੇ ਵੱਡੀ ਸਮੱਸਿਆ ਹੈਗੀ ਹੈ ਜੀ ਇੱਥੇ ਪਾਰਕਿੰਗ ਦੀ, ਜਿਹੜੇ ਅੱਜ ਕੱਲ੍ਹ ਅੱਜ ਦੀ ਤਰੀਕ ਦੇ ਵਿੱਚ ਜਿਹੜੇ 3-wheelers ਨੇ ਉਹ ਅੰਦਰ ਆ ਜਾਂਦੇ ਨੇ, ਬਾਜ਼ਾਰ ਜਿਹੜੇ ਬਹੁਤ ਸੰਕਰੀ ਨੇ, ਬਹੁਤ ਛੋਟੇ ਨੇ। ਸੋ ਇਹਦੀ ਨਾ ਅਸੀਂ ਇੱਕ ਜੁਆਇੰਟ ਮੀਟਿੰਗ ਕਰ ਰਹੇ ਹਾਂ ਕਾਰਪੋਰੇਸ਼ਨ ਦੇ ਨਾਲ,
ਕੁਛ ਪਾਰਕਿੰਗਸ ਹੈਗੀਆਂ ADA ਕੋਲ, ਕੁਛ ਜਿਹੜੀਆਂ ਹੈਗੀਆਂ ਬਾਹਰਲੇ ਪਾਸੇ ਉਹ ਕਾਰਪੋਰੇਸ਼ਨ ਦੇਖ ਰਿਹਾ। ਪਲੱਸ ਟ੍ਰੈਫਿਕ ਦੀ ਜਿਹੜੀ ਸਥਿਤੀ ਹੈਗੀ ਹੈ ਕਿ ਮਤਲਬ ਨੋਨ ਮੋਟਰੇਬਲ ਰੋਡਸ ਕਿਹੜੀਆਂ ਹੋਣੀ ਚਾਹੀਦੀਆਂ ਨੇ, ਉਹ ਅਸੀਂ ਟ੍ਰੈਫਿਕ ਪੁਲਿਸ ਅਤੇ CP ਸਾਹਿਬ ਨਾਲ ਮਿਲ ਕੇ ਉਹ ਵਰਕਆਊਟ ਕਰ ਰਹੇ ਹਾਂ ਜੀ। ਸੋ ਖਾਸ ਕਰਕੇ ਜਿਹੜਾ ਕਾਫੀ ਲੰਬੇ ਸਮੇਂ ਤੋਂ ਇੱਥੇ ਰੇਹੜੀਆਂ ਫੜੀਆਂ ਵੀ ਲੱਗ ਰਹੀਆਂ ਸਨ ਪਰ ਪ੍ਰਸ਼ਾਸਨ ਵੱਲੋਂ ਚੁਕਾ ਦਿੱਤੀਆਂ ਗਈਆਂ ਸਨ, ਤਾਂ ਕਈ ਉਹਨਾਂ ਦੇ ਘਰ ਦਾ ਚੁੱਲ੍ਹਾ ਵੀ ਬੰਦ ਹੋ ਚੁੱਕਿਆ ਕਿਉਂਕਿ ਰੋਟੀ ਕਮਾਉਣੀ ਬੜੀ ਔਖੀ ਹੋ ਚੁੱਕੀ ਉਹਨਾਂ ਲਈ, ਤਾਂ ਉਹਨਾਂ ਦਾ ਕੋਈ ਸਮੱਸਿਆ? ਸੋ ਜਿੱਦਾਂ ਇਹ ਚਲੋ ਤੁਸੀਂ ਮੇਰੇ ਧਿਆਨ 'ਚ ਹੁਣ ਲੈ ਕੇ ਆ ਰਹੀ ਹੋ ਤਾਂ ਮੈਂ ਜ਼ਰੂਰ ਇਸ 'ਤੇ ਗੌਰ ਕਰਾਂਗੀ, ਲੇਕਿਨ ਦੋ ਮੌਤਾਂ ਵੀ ਹੋ ਚੁੱਕੀਆਂ ਮੈਮ ਇਸੇ ਤੰਗੋਂ ਕਿ ਜਿਹੜਾ ਉਹ ਅਸੀਂ ਦੇਖ ਲੈਂਦੇ ਹਾਂ ਜੀ, ਜਿਹੜੀ ਕੋਈ ਇੱਦਾਂ ਦੀ ਕੋਈ ਦਿੱਕਤ ਕਿਸੇ ਨੂੰ ਆਈ ਹੋਵੇ, ਬਿਕੋਜ਼ ਕਿਸੇ ਦਾ ਵੀ ਇਹ ਤਾਂ ਨਹੀਂ ਹੈ ਕਿ ਕੋਈ ਵੀ ਕਿਸੇ ਦਾ ਘਰ ਦਾ ਚੁੱਲ੍ਹਾ ਬੰਦ ਕਰਨਾ ਚਾਹੇ, ਬਟ ਐਟ ਦ ਸੇਮ ਟਾਈਮ ਸਾਨੂੰ ਇਹ ਵੀ ਬੈਲੈਂਸ ਕਰਨਾ ਪੈਂਦਾ ਕਿ ਇੱਥੇ ਨਜਾਇਜ਼ ਦੁਕਾਨਾਂ ਨਾ ਖੁੱਲ੍ਹਣ। ਨਾ ਹੁਣ ਇੱਥੇ ADA ਦੀ ਆਪ ਦੀਆਂ ਦੁਕਾਨਾਂ ਹੈਗੀਆਂ, ਮੈਂ ਇੱਕ ਮਿੰਟ ਜੀ, ਮੈਨੂੰ ਇੱਕ ਮਿੰਟ, ਮੈਨੂੰ ਇਫ ਆਈ ਕੈਨ ਰਿਸਪੋਂਡ। ਸੋ ਇੱਥੇ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ADA ਦੀ, ਉਹਦੇ ਵਿੱਚ ਅਸੀਂ ਦੇਖ ਸਕਦੇ ਹੈਗੇ ਹਾਂ ਕਿ ਕਿਸੇ ਨੂੰ ਕੋਈ ਜੇ ਖਾਲੀ ਪਈ ਹੈ ਕੋਈ ਵੀ ਦੁਕਾਨ, ਉਹਦੀ ਕੋਈ ਸਿਸਟਮ ਬਣ ਸਕਦਾ ਹੈਗਾ ਹੈ ਜਿਹਦੇ ਵਿੱਚ ਜੋ ਲੋਕ ਰੇਹੜੀਆਂ 'ਤੇ ਆਉਂਦੇ ਨੇ, ਰੈਦਰ ਉਹਨਾਂ ਨੂੰ ਕੋਈ ਅਸੀਂ ਫੈਸਿਲਿਟੀ ਇੱਥੇ ਦੇ ਦੀ, ਉਹ ਅਸੀਂ ਦੇਖ ਸਕਦੇ ਹਾਂ ਜੀ। ਮੈਮ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਕਹਿਣਾ ਚਾਹੋ, ਕਿੰਨੀ ਕੁ ਤਿਆਰੀ ਪ੍ਰਸ਼ਾਸਨ ਦੀ ਜਿਹੜੀ ਹੋ ਚੁੱਕੀ ਕਿਉਂਕਿ 20 ਤਰੀਕ ਤੱਕ ਤੋਂ ਪਹਿਲਾਂ ਤਾਂ ਸਰਕਾਰ ਵੱਲੋਂ ਕਹਿ ਦਿੱਤਾ ਗਿਆ? ਜੀ, ਸੋ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਡੀ ਇੱਕ VC ਵੀ ਹੋਈ ਸੀਗੀ SCC ਸਰ ਦੇ ਨਾਲ, ਅਤੇ ਜਿਹੜਾ ਕੋਡ ਆਫ ਕੰਡਕਟ ਹੈ ਲੋਅ ਐਂਡ ਆਰਡਰ ਪੱਖੋਂ ਅਸੀਂ ਅੱਜ ਆਪਣੇ ਲੈਵਲ 'ਤੇ ਵੀ ਅੱਜ ਰਿਵਿਊ ਕੀਤਾ ਹੈਗਾ ਅਤੇ ਸਾਡੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਸੋ ਜਿੱਦਾਂ ਵੀ ਸਾਨੂੰ ਇੰਸਟਰਕਸ਼ਨਸ ਆਉਂਦੀਆਂ ਨੇ ਅਸੀਂ ਉਹ ਚੀਜ਼ਾਂ ਲਾਗੂ ਕਰ ਦਾਂਗੇ ਜੀ। ਥੈਂਕ ਯੂ ਸੋ ਮਚ ਮੈਮ। ਤਾਂ ਸੋ ਅੰਮ੍ਰਿਤਸਰ ਦੇ ਨਵ ਨਿਯੁਕਤ DC ਪਹੁੰਚੇ ਨੇ ਦਰਬਾਰ ਸਾਹਿਬ, ਜਿੱਥੇ ਉਹਨਾਂ ਨੇ ਸਾਰੇ ਗਲਿਆਰੇ ਦੀ ਪ੍ਰੀਖਿਆ ਨਿਰੀਖਣ ਕੀਤਾ ਹੈ। ਗਲਿਆਰੇ ਦੇ ਆਲੇ ਦੁਆਲੇ, ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਰਸਤੇ ਹੈ ਉਹਨਾਂ ਨੂੰ ਦੇਖਿਆ ਹੈ, ਉਹਨਾਂ ਦੀ ਸਾਫ਼ ਸਫਾਈ ਦਾ ਇੰਤਜ਼ਾਮ ਕਿਹੋ ਜਿਹਾ ਹੈ, ਕਾਰਪੋਰੇਸ਼ਨ ਦੇ ਨਾਲ ਉਹਦੀ ਗੱਲ ਹੋਏਗੀ। ਜੋ ਗਲਿਆਰਾ ਪ੍ਰੋਜੈਕਟ ਹੈ ਇਸ ਦੇ ਬੇਸਮੈਂਟ ਦੇ ਵਿੱਚ ਜਿਹੜੇ ਬਣੇ ਹੋਏ ਪਲਾਜ਼ਾ ਦੇ ਥੱਲੇ ਜਿਹੜੇ ਗੈਲਰੀਜ਼ ਹੈਗੀਆਂ ਨੇ ਉਹਨੂੰ ਕੋਲੋਂ ਦੀ ਦੇਖਿਆ ਹੈ, ਔਰ ਜਿਹੜੇ ਨਿਰਦੇਸ਼ ਨੇ ਮੌਕੇ 'ਤੇ ਹੀ ਸੰਬੰਧਿਤ ਅਧਿਕਾਰੀਆਂ ਨੂੰ ਦੇ ਦਿੱਤੇ ਨੇ। ਔਰ ਦਰਬਾਰ ਸਾਹਿਬ ਦਾ ਆਲੇ ਵਾਲੇ ਦਾ ਏਰੀਆ ਜਿਹੜਾ ਕਿ ਕੁਝ ਪਾਰਕ ਵੀ ਨੇ ਜਿਨ੍ਹਾਂ ਦੀ ਸਫਾਈ ਔਰ ਜਿਨ੍ਹਾਂ ਦਾ ਰੱਖ ਰਖਾਵ ਤਕਰੀਬਨ ਖਤਮ ਹੋਇਆ ਪਿਆ ਸੀਗਾ, ਉਹ ਵੀ ਹੁਣ ਜਲਦ ਹੀ ਉਸ ਦੇ ਉੱਤੇ ਵੀ ਕੰਮ ਕੀਤਾ ਜਾਏਗਾ। ਔਰ ਕਿਉਂਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ, ਫੈਸਟੀਵਲ ਸੀਜ਼ਨ ਹੋਣ ਕਰਕੇ ਆਮਦ ਜਿਹੜੀ ਹੈ ਸ਼ਰਧਾਲੂਆਂ ਦੀ ਬਹੁਤ ਵੱਧ ਜਾਣੀ ਹੈ, ਉਸ ਕਰਕੇ DC ਸਾਹਿਬ ਨੇ ਅੱਜ ਮੁਲਾਕਾਤ ਕੀਤੀ ਹੈ, ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ, ਨਿਰੀਖਣ ਕੀਤਾ ਹੈ ਔਰ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ TV ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और WhatsApp चैनल पर।